ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਅਤੇ ਬੈਲ ਆਈਕਨ 'ਤੇ ਕਲਿੱਕ ਕਰਨਾ ਹੈ। ਅੱਛੀ ਅਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਦੀ ਤਰ੍ਹਾਂ ਵੀਰਾਂ ਭਰਾਵਾਂ ਅਤੇ ਸੱਜਣਾਂ ਨੂੰ ਮਿਲਦਾ ਰਹੇ। ਵੀਰਾਂ ਨੂੰ ਜਿਵੇਂ ਕਿ ਪਤਾ, ਅਸੀਂ ਅੱਛੇ ਔਰ ਬਿਹਤਰੀਨ ਨਾਇਬ ਨੀਲੀ ਦੇ ਹੀਰੇ ਵੀਰਾਂ ਦੀ ਨਜ਼ਰ ਕਰਨੇ ਹੈ। ਅੱਜ ਵੀ ਵੀਰਾਂ ਵਾਸਤੇ ਇੱਕ ਦੂਜਣ ਮੈਂ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਮੈਂ ਜਨਾਬ ਨੀਲੀ ਦੀ ਏ 5 ਤੋਂ 7 ਦਿਨ ਲੈਂਦੀ ਏ ਸੋਣ ਦੇ ਵਿੱਚੋਂ। ਦੂਜਾ ਸੁਭਾਅ ਮਾਲਕ ਕਹਿੰਦੇ ਪਏ ਨੇ, ਇੱਕ ਨਾਲ ਵੱਛੀ ਏ ਜਰਸੀ ਸਾਹੀਵਾਲ ਕ੍ਰਾਸ। ਇਹ ਦੋ ਜਾਨਵਰ ਨੇ, ਵੀਡੀਓ ਵਿੱਚ ਇਨਸ਼ਾਅੱਲਾ ਤੁਹਾਨੂੰ ਵਿਖਾਵਾਂਗੇ। ਆਖਰ 'ਤੇ ਮੁੱਲ ਪਾ ਅਤੇ ਰੇਟ ਦੀ ਵੀ ਗੱਲ ਕਰਾਂਗੇ। ਵੀਡੀਓ ਨੂੰ ਛੱਡਣਾ ਨਹੀਂ, ਸਕਿੱਪ ਨਹੀਂ ਕਰਨਾ, ਵੀਡੀਓ ਦੇ ਨਾਲ ਜੁੜੇ ਰਹਿਣਾ। ਰੇਟ ਇੰਤਹਾਈ ਮੁਨਾਸਬ ਹੋਣਗੇ, ਚੰਗੇ ਹੋਣਗੇ ਔਰ ਮਾਰਕੀਟ ਤੋਂ ਹਟ ਕੇ ਹੋਣਗੇ ਇਨਸ਼ਾਅੱਲਾ। ਸਾਡੀ ਅਵਲੀਨ ਤਰਜੀਹ ਹੁੰਦੀ ਹੈ ਕਿ ਅਸੀਂ ਅੱਛੇ ਖੂਬਸੂਰਤ ਔਰ ਬਿਹਤਰੀਨ ਜਾਨਵਰ ਨੀਲੀ ਦੀ ਨਜ਼ਰ ਕਰੀਏ। ਅੱਜ ਜਿਹੜੀ ਮੱਝ ਏ ਉਹ ਵੀਰਾਂ ਵਾਸਤੇ ਲੈ ਕੇ ਹਾਜ਼ਰ ਹੋਏ ਹਾਂ। ਕੈਮਰਾਮੈਨ ਸਰ, ਮੱਝ ਵਿਖਾਓ ਜੀ। ਇਹ ਜਨਾਬ ਮੱਝ ਏ ਵੀਰਾਂ ਦੇ ਕੋਲ, ਦੂਜਣ ਮੱਝ ਏ ਔਰ ਮੱਝ ਮਾਸ਼ਾਅੱਲਾ ਅੱਲਾ ਦੇ ਫਜ਼ਲੋ ਕਰਮ ਨਾਲ ਪੁੱਛਦੀ ਦੱਸਦੀ ਨਹੀਂ, ਆਪਣਾ ਆਪ ਖੁਦ ਕੈਮਰੇ ਦੇ ਵਿੱਚ ਇਨਸ਼ਾਅੱਲਾ ਵਿਖਾਏਗੀ ਕਿ ਮੈਂ ਕਿਹੜੀ ਪਾਸੇ ਦੀਆਂ, ਕਿਹੜੀ ਬਾਰ ਦੀਆਂ, ਕਿਹੜੇ ਇਲਾਕੇ ਦੀਆਂ। ਇਹ ਸਾਰਾ ਕੁਝ ਜਨਾਬ ਵੀਰਾਂ ਦੇ ਜਨਾਬ ਸਾਹਮਣੇ ਆ ਜਾਣਾ। ਮੈਂ ਇਹਨੂੰ ਖੁੱਡਾ ਚੈੱਕ ਕਰਨਾ ਜੀ, 1.5 ਫੁੱਟ ਦਾ ਖੁੱਡਾ ਮੈਂ ਇਹਨੂੰ, ਪੁੱਠਾ ਮੈਂ ਇਹਨੂੰ 4 ਫੁੱਟ ਦਾ। ਅੱਲਾ ਦੇ ਫਜ਼ਲੋ ਕਰਮ ਨਾਲ ਇੱਕ ਹੱਡੀ ਮੈਂ ਇਹਨੂੰ ਲਾਮਾ ਚੈੱਕ ਕਰਨੀਆਂ ਨੇ। ਦਰਮਿਆਨੇ ਖੂਬਸੂਰਤ ਕੱਦ ਦੀ ਜਨਾਬ ਇਹ ਜੋਟੀ, ਦੂਜਣ ਏ ਕੰਨਾਂ ਵਿੱਚ ਗਿੱਠ ਗਿੱਠ ਪਸ਼ਮ, ਅੱਖਾਂ ਦੋਵੇਂ ਚਿੱਟੀਆਂ ਸੂ, ਮੁੱਛ ਬੱਗੀ, ਮੱਥੇ ਤੋਂ ਥੋੜ੍ਹੀ ਜਿਹੀ ਫੁੱਲੀ। ਔਰ ਜਨਾਬ ਮੈਂ ਪੂਰੀ ਨਸਲੀ ਅਤੇ ਪੂਰੀ ਨਵਾਬ ਏ, ਬਾਕੀ ਮੱਥੇ 'ਤੇ ਬਣਿਆ ਚੰਨ, ਸਿਰ ਪਿੱਛੇ ਜਾ ਕੇ ਖੁੱਤੀ 'ਚ ਮੋੜਦੀ ਹੈ ਮੱਝ। ਅੱਲਾ ਦੇ ਫਜ਼ਲ ਨਾਲ ਮੈਂ ਪੂਰੀ ਬਰੀਕ ਅਤੇ ਪੂਰੀ ਨਸਲੀ ਏ। ਮੈਂ ਇਹਨੂੰ ਵੱਖੀ ਦੀ ਗੱਲ ਕਰੀਏ ਅਤੇ ਸਿਰਫ 4 ਉਂਗਲ ਦੀ ਵੱਖੀ ਏ, ਮੈਂ ਪੂਰੀ ਨਯਾਬ ਅਤੇ ਬੜਾ ਕਮਾਲ ਦਾ ਜਨਾਬ ਇਹ ਜਾਨਵਰ ਏ, ਵੀਰਾਂ ਦੀ ਤਵੱਜੋ ਦਾ ਮਰਕਜ਼ ਏ ਜਨਾਬ ਇਹ ਦੂਜਣ ਮੱਝ ਏ। ਔਰ ਇਨਸ਼ਾਅੱਲਾ ਵੀਰਾਂ ਵਾਸਤੇ ਅਸੀਂ ਹਮੇਸ਼ਾ ਆਪਣਾ ਦੇਸ਼ ਪੰਜਾਬ ਟੀਵੀ 'ਤੇ ਦੂਜਣਾ ਪਹਿਲਣਾ ਅੱਛੀਆਂ ਕੁਆਲਿਟੀ ਵਾਲੀਆਂ ਮੱਝਾਂ ਜਿਹੜੀਆਂ ਨੇ ਉਹ ਵੀਰਾਂ ਵਾਸਤੇ ਅਸੀਂ ਲੈ ਕੇ ਹਾਜ਼ਰ ਹੁੰਦੇ ਹਾਂ। ਹਵਾਨੇ 'ਤੇ ਜਾਂਦੇ ਹਾਂ ਜੀ, ਹਵਾਨਾ ਵੀ ਵੀਰਾਂ ਨੂੰ ਵਿਖਾਵਾਂਗੇ, ਪਰ ਮੈਂ ਦੀ ਸੱਜੇ ਅਤੇ ਖੱਬੀ ਵੰਡ ਜਿਹੜੀ ਹੈ ਉਹ ਤੁਸੀਂ ਸੱਲਣਾ ਚੈੱਕ ਕਰ ਲੈਣੀ ਹੈ। ਮੁੱਛ ਬੱਗੀ ਕੰਨਾਂ ਵਿੱਚ ਜਨਾਬ 4-4 ਇੰਚ ਪਸ਼ਮ ਔਰ ਤੌਣ ਵਲੈਤੀ, ਮਾਸ਼ਾਅੱਲਾ ਬੜੀ ਖੂਬਸੂਰਤ। ਅੱਲਾ ਦੇ ਫਜ਼ਲੋ ਕਰਮ ਨਾਲ ਮੈਂ ਪੂਰੀ ਆਹਰਾਂ ਵਾਲੀ ਸਿੱਧੀ ਕਰਿਆ ਜੀ, ਮੈਂ ਸਿੱਧੀ ਮੈਂ ਕਰ, ਪਹਿਲੇ ਮੈਂ ਸਿੱਧੀ ਕਰ ਫਿਰ ਟੋਰੀ, ਮੈਂ ਪਹਿਲੇ ਸਿੱਧੀ ਕਰ, ਮੈਂ ਪੂਰੇ ਆਹਰਾਂ ਵਾਲੀ, ਪੂਰੀ ਖਾਨਦਾਨੀ, ਪੂਰੀ ਨਵਾਬ ਮਾਸ਼ਾਅੱਲਾ। ਅੱਲਾ ਦੇ ਫਜ਼ਲੋ ਕਰਮ ਨਾਲ ਵੀਰਾਂ ਵਾਸਤੇ ਤੋਹਫ਼ਾ ਲੈ ਕੇ ਹਾਜ਼ਰ ਹੋਏ ਹਾਂ। ਟੋਰ ਫੇਰ ਕੇ ਮੈਂ ਦੀ ਹਰ ਚੀਜ਼ ਸੁੰਭ, ਮਾਸ਼ਾਅੱਲਾ ਗੋਲ ਥੰਮਾਂ ਵਰਗੇ ਪੈਰ ਔਰ ਕਮਾਲ ਦਾ ਇਹ ਪੀਸ ਏ ਵੀਰਾਂ ਦੀ, ਮਾਸ਼ਾਅੱਲਾ ਤਵੱਜੋ ਦਾ ਮਰਕਜ਼ ਏ। ਮੈਂ ਇਹਨੂੰ ਥਣ ਰੁਕ ਰੁਕ ਦਾ ਲੱਗਿਆ ਹੋਇਆ ਅੱਲਾ ਦੇ ਫਜ਼ਲੋ ਕਰਮ ਨਾਲ, ਔਰ ਜਨਾਬ ਕਮਾਲ ਦਾ ਜਾਨਵਰ ਹੈ। ਇਹ ਸਾਰੀਆਂ ਝਰੀਆਂ ਮੈਂ ਨੇ ਜੇ ਚੱਕਣੀਆਂ ਨੇ ਜਿਹੜੀਆਂ ਵੀਰਿਆਂ ਜਿਹੜੇ ਨੇ ਤਸੱਲੀ ਦੇ ਨਾਲ ਆਪਣੀਆਂ ਅੱਖਾਂ ਨਾਲ ਵੇਖ ਲੈਣੇ, ਮਾਸ਼ਾਅੱਲਾ ਥਣ ਵੇਖ ਲੈਣਾ, ਰਸਗੁੱਲੇ ਜਿਵੇਂ ਲੱਗੇ ਨੇ ਸਾਰੇ, ਬਿਲਕੁਲ ਮੁੱਠ ਮੁੱਠ ਦਾ ਥਣ ਲੱਗਿਆ ਹੋਇਆ ਔਰ ਮਾਸ਼ਾਅੱਲਾ ਬੜਾ ਚੌੜਾ ਅਤੇ ਖੂਬਸੂਰਤ ਹਵਾਨਾ ਹੈ। ਮੈਂ ਇਹਦੇ ਕੋਲ ਲੈ ਜਾ ਉੱਤੇ ਟੋਕਰੀ 'ਤੇ ਖਲੋਂਦੀ ਦੇ। ਅੱਛੀ ਮੱਝ ਏ, ਖੂਬਸੂਰਤ ਔਰ ਸਾਫ਼ ਸੁਥਰੀ ਮੱਝ ਹੈ, ਇਨਸ਼ਾਅੱਲਾ ਬੇਐਬ ਏ ਜਾਨਵਰ। ਔਰ ਅਸੀਂ ਕੋਸ਼ਿਸ਼ ਪੂਰੀ ਕਰਨੇ ਹਾਂ ਕਿ ਅਸੀਂ ਵੀਰਾਂ ਨੂੰ ਬੇਐਬ, ਨਯਾਬ ਔਰ ਖੂਬਸੂਰਤ ਤਰੀਨ ਜਾਨਵਰ ਦੇਈਏ। ਅਗਰ ਮੈਂ ਦੀ ਮਾਸ਼ਾਅੱਲਾ ਹਵਾਨੇ ਦੀ ਵੰਡ ਦੀ ਗੱਲ ਕਰੀਏ, ਮੈਂ ਅੱਜ ਸੂਣ 'ਚ ਤਕਰੀਬਨ 10 ਦਿਨ ਲੈਂਦੀ ਏ। ਔਰ ਇਨਸ਼ਾਅੱਲਾ ਵੀਰਾਂ ਦੇ ਸਾਹਮਣੇ ਇਹ ਤੋਹਫੇ ਨੇ, ਰੁਕ ਰੁਕ ਦਾ ਖੂਬਸੂਰਤ ਥਣ ਪੰਡਾਂ ਦੇ ਮੈਂ ਇਹਨੂੰ ਹਵਾਨੇ। ਇਨਸ਼ਾਅੱਲਾ ਵੀਰ ਹਮੇਸ਼ਾ ਹੀ ਤਰ੍ਹਾਂ ਆਪਣਾ ਦੇਸ਼ ਪੰਜਾਬ ਟੀਵੀ 'ਤੇ ਤਸੱਲੀ ਕਰਨਗੇ। ਇਹ ਜਨਾਬ ਸਾਰੇ ਬੱਦਰ ਅਜੇ ਮੈਂ ਚੱਕਣੇ ਨੇ ਹਾਲੇ, ਇਹ ਸਾਰੇ ਬੱਦਰ ਅਜੇ ਮੈਂ ਚੱਕਣੇ ਨੇ। ਮੈਂ ਮਾਸ਼ਾਅੱਲਾ ਪੂਰੀ ਵਲੈਤੀ ਅਤੇ ਪੂਰੀ ਖਾਨਦਾਨੀ ਹੈ, ਅੱਛੇ ਤਰੀਕੇ ਨਾਲ ਮੱਝ ਜਿਹੜੀ ਥੋੜ੍ਹੀ ਜਿਹੀ ਕੈਮਰੇ ਤੋਂ ਡਰਦੀ ਏ ਇਸ ਕਰਕੇ। ਔਰ ਮੈਂ ਤਕਰੀਬਨ 10 ਦਿਨ ਅਜੇ ਕੱਢਦੀ ਏ ਮਾਲਕਾਂ ਦੇ ਬਕੌਲ, ਹੁਣ ਟੋਰਸ ਪਤਰੇ ਸਾਰੀ ਮੱਝ ਨੂੰ ਤਸੱਲੀ ਦੇ ਨਾਲ।
ਜਿੰਨਾ ਖੂਬਸੂਰਤ ਥਾਂ ਅਤੇ ਜਿੰਨੇ ਵੱਧਦਾ ਰਹਿਣਾ ਮੈਂ ਉਹਨੂੰ ਭਰ ਲਿਆ ਜਾ ਮਈਆਂ 'ਚ ਅਗਰ ਜਾਂਦੀ ਤਾਂ ਨਾਲ ਹੀ ਆਪਾਂ ਜਨਾਬ ਬੱਚੀ ਵੀ ਵਿਖਾ ਲਾਂਗੇ ਉਸ ਤੋਂ ਬਾਅਦ ਫਿਰ ਸਾਰੀਆਂ ਗੱਲਾਂ ਕਰ ਲਾਂਗੇ। ਮੈਂ ਇਹਦੀ ਟੋਰਾਂ ਤੋਂ ਅੰਦਾਜ਼ਾ ਹੁੰਦਾ ਕਿ ਮੈਂ ਇਨਸ਼ਾਅੱਲਾ ਵੱਟ ਕੱਢ ਦੇਗੀ ਵੱਕਣ ਵਾਲੇ। ਬੜੀ ਨਾਯਾਬ ਔਰ ਖੂਬਸੂਰਤ ਤਰੀਨ ਮੱਝ ਹੈ, ਬਾਕੀ ਹਰ ਫੁੱਲ ਦੀ ਆਪਣੀ ਖੁਸ਼ਬੂ ਹੈ ਔਰ ਇਨਸ਼ਾਅੱਲਾ ਅਸੀਂ ਪੂਰੇ ਹਿਸਾਬ ਕਿਤਾਬ ਨਾਲ ਵੀਰਾਂ ਨੂੰ ਵਲੈਤੀ ਜਾਨਵਰ ਵਿਖਾਉਣੇ ਹੈ ਔਰ ਇਨਸ਼ਾਅੱਲਾ ਵਲੈਤੀਆਂ ਦਾ ਹੀ ਕੰਮ ਕਰਨਾ ਹੈ। ਦੇਸੀ ਮਹੀਂ ਨਾ ਕਦੇ ਪਾਈਆਂ ਨੇ ਅਤੇ ਨਾ ਅਸੀਂ ਦੇਸੀਆਂ ਦਾ ਕੰਮ ਕਰਦੇ, ਫਿਰਨ ਦਿਓ ਮੈਨੂੰ ਬਸ ਕੋਈ ਗੱਲ ਨਹੀਂ। ਬੜਾ ਨਾਯਾਬ ਜਾਨਵਰ, ਤਸੱਲੀਆਂ ਕਰਨੀਆਂ ਨੇ ਵੀਰਾਂ ਨੇ, ਜਾਣਦੇ ਪੁੱਤਰ ਜਾਣਦੇ, ਲੰਮਾ ਜਾਣਦੇ ਜਾਂਦੀ ਤਾਂ ਪਰਾਂ ਜਾਵਣ ਜਾਂਦੇ ਕੋਈ ਇਸ ਇਸ਼ੂ ਨਹੀਂ। ਤਸੱਲੀਆਂ ਵੀਰਾਂ ਦੇ ਸਾਹਮਣੇ ਮਾਸ਼ਾਅੱਲਾ, ਖੂਬਸੂਰਤ ਔਰ ਨਾਯਾਬ ਜਾਨਵਰ ਵੀਰਾਂ ਦੀ ਤਵੱਜੋ ਦਾ ਮਰਕਜ਼ ਹੈ। ਆ ਜਾ ਛੱਡ ਦੇ ਨਿੱਕੇ ਤੂੰ ਮੈਂ ਬਣ, ਆਪਾਂ ਜਨਾਬ ਵੱਛੀ ਵਿਖਾ ਲਈਏ। ਇਹ ਜਨਾਬ ਵੀਰਾਂ ਸਾਹਮਣੇ ਇੱਕ ਵੱਛੀ ਹੈ, ਗੋਨੀ ਸਿਰ ਤੋਂ, ਰੰਗ ਬੜਾ ਖੂਬਸੂਰਤ, ਜਰਸੀ ਅਤੇ ਸਹੀਵਾਲ ਦਾ ਖੂਬਸੂਰਤ ਕੰਬੀਨੇਸ਼ਨ ਮਾਸ਼ਾਅੱਲਾ। ਇਹ ਜਨਾਬ ਦੋ ਜਾਨਵਰ ਨੇ ਔਰ ਅੱਖ ਚੈੱਕ ਕਰਨੀ ਹੈ, ਕੰਨ ਚੈੱਕ ਕਰਨੇ ਨੇ ਵੱਛੀ ਦੇ। ਮਾਸ਼ਾਅੱਲਾ ਬੜਾ ਖੂਬਸੂਰਤ ਤਰੀਨ ਜਾਨਵਰ ਹੈ, ਅੱਲਾ ਦੇ ਫਜ਼ਲੋ ਕਰਮ ਨਾਲ ਚੰਗੀ ਜਵਾਨ ਔਰ ਚੰਗੀ ਥੱਬਿਆਂ ਦੇ ਜਨਾਬ ਗਾਂ ਦੇ ਕੋਲ ਆਵਾਨੇ ਨੇ ਅੱਲਾ ਦੇ ਫਜ਼ਲੋ ਕਰਮ ਨਾਲ। ਔਰ ਜਨਾਬ ਵੱਛੀ 20 ਵੀਰਾਂ ਨੂੰ ਇਨਸ਼ਾਅੱਲਾ ਅੱਛੇ ਤਰੀਕੇ ਨਾਲ ਔਰ ਖੂਬਸੂਰਤ ਤਰੀਕੇ ਨਾਲ, ਇਹ ਵੀ ਤਕਰੀਬਨ 4 ਤੋਂ 5 ਦਿਨ ਲੈਂਦੀ ਹੈ ਸੂਣ 'ਚੋਂ ਇਨਸ਼ਾਅੱਲਾ। ਔਰ ਥਣ ਬੜਾ ਖੂਬਸੂਰਤ ਦੋਹਰਾ ਔਰ ਆਲਾ ਕੁਆਲਿਟੀ ਦਾ ਜਨਾਬ ਇਹ ਵੀ ਪੀਸ ਹੈ, ਪਹਿਲਣ ਵੱਛੀ ਔਰ ਮਾਸ਼ਾਅੱਲਾ ਚੰਗੀ ਜਵਾਨੀ ਸੂ ਕਰਾਸ ਸਾਈ ਵਾਲਦਾ ਮੂੰਹ ਤੂੰ ਫੜਾਉਂਦੀ ਮੂੰਹ ਚਾਚੇ ਦਾ ਵੇਖੀ ਜ਼ਰਾ ਮੂੰਹ ਤੂੰ ਵੇਖ ਲਈਏ ਦੁੰਦੀ ਕਿ ਚੌਗੀ ਹੈ, ਚਾਰ ਦੰਦ ਜੀ ਮੂੰਹ ਤੋਂ ਚੌਗੀ ਮੂੰਹ ਤੋਂ, ਹਾਂਜੀ ਚੌਗੀ ਮੂੰਹ ਤੋਂ ਜਨਾਬ ਬੜਾ ਖੂਬਸੂਰਤ ਕੰਬੀਨੇਸ਼ਨ ਹੈ। ਮੁੱਲ ਆਪਾਂ ਮਾਲਕਾਂ ਨੂੰ ਪੁੱਛ ਲੈਣਾ ਜਿਹੜੀ ਗੱਲਬਾਤ ਹੈ, ਜਰਸੀ ਅਤੇ ਸਾਹੀਵਾਲ ਦਾ ਖੂਬਸੂਰਤ ਤਰੀਨ ਕੰਬੀਨੇਸ਼ਨ ਹੈ, ਕੋਈ ਉਹ ਜੀ ਗੱਲ ਨਹੀਂ। ਮਾਸ਼ਾਅੱਲਾ ਬੜਾ ਨਾਯਾਬ ਜਾਨਵਰ ਹੈ ਅਲਹਮਦੁਲਿਲਾ। ਔਰ ਅਸੀਂ ਹੁਣ ਮਾਲਕ ਨਾਲ ਗੱਲਾਂ ਕਰਾਂਗੇ ਸਾਰੀਆਂ, ਉਹਨੂੰ ਆਪਾਂ ਪੁੱਛਾਂਗੇ ਕਿ ਯਾਰ ਇਸ ਮੈਂ ਦਾ ਕੀ ਮੁੱਲ ਹੈ, ਇਸ ਗਾਂ ਦਾ ਕੀ ਮੁੱਲ ਹੈ। ਔਰ ਉਸ ਤੋਂ ਬਾਅਦ ਜਨਾਬ ਤਸੱਲੀ ਕਰੋ, ਮਾਸ਼ਾਅੱਲਾ ਕੰਨ ਕਿੱਡਾ ਕਿੱਡਾ ਖੂਬਸੂਰਤ ਕਿੰਨੀ ਹੈ ਗਾਂ। ਵੀਡੀਓ ਦੇ ਵਿੱਚ ਇਨਸ਼ਾਅੱਲਾ ਦੋ ਜਾਨਵਰ ਨੇ ਔਰ ਅਸੀਂ ਮਕੂਲ ਅਤੇ ਅੱਛੇ ਮੁੱਲਾਂ ਦੇ ਵਿੱਚ ਜਾਨਵਰ ਦੇਣੇ ਨੇ, ਕੋਈ ਲੰਮੀ ਚੌੜੀ ਇਨਸ਼ਾਅੱਲਾ ਵੀਰਾਂ ਦੇ ਸਾਹਮਣੇ ਕੋਈ ਐਸੀ ਗੱਲਬਾਤ ਨਹੀਂ ਹੋਣੀ। ਮਾਲਕ ਨੂੰ ਬੁਲਾਉਂਦੇ ਹਾਂ, ਉਹਦੇ ਨਾਲ ਕਰਨੀਆਂ ਗੱਲਾਂ ਸਾਰੀਆਂ, ਇਨਸ਼ਾਅੱਲਾ ਪਸੰਦ ਆਏਗਾ ਸੌਦਾ ਵੀ ਔਰ ਇਨਸ਼ਾਅੱਲਾ ਰੇਟ ਵੀ। ਆਓ ਹਾਂਜੀ ਭਾਈ ਜਾਨ, ਇੱਥੇ ਮਾਰਕੀਟ ਦੇ ਵਿੱਚ ਆਓ, ਕਿੱਧਰ ਗਏ ਜੀ? ਅਸਲਾਮ ਵਾਲੇਕੁਮ, ਕੀ ਹਾਲ ਚਾਲ? ਥੋੜ੍ਹਾ ਉੱਚਾ ਬੋਲਿਆ ਜੀ, ਕੀ ਹਾਲ ਹੈ? ਠੀਕ ਠਾਕ। ਕੀ ਨਾਂ ਹੈ? ਮਾਮਾ ਕਾਸ਼ਫ। ਕਾਸ਼ਫ ਭਾਈ ਦੋ ਜਾਨਵਰ ਵਿਖਾਏ, ਇੱਕ ਮੱਝ ਇੱਕ ਗਾਂ, ਜਿਹੜੀ ਮੱਝ ਹੈ ਕਿੰਨੇ ਸੂਏ? ਮੱਝ ਦੂਜਾ ਨਾ ਦੂਜਾ ਕਿੰਨੇ ਦਿਨ ਕੱਢ ਜਾਏਗੀ? ਮੱਝ 10-15 ਦਿਨ ਕੱਢ ਜਾਏਗੀ। 10-12 ਦਿਨ ਕੱਢ ਜਾਏਗੀ? ਗਰਮੀ ਹੈ ਕੋਈ 2-3 ਦਿਨ ਅੱਗਾ ਪਿੱਛਾ? 2-3 ਦਿਨ ਅੱਗਾ ਪਿੱਛਾ ਹੋ ਸਕਦਾ। ਥਣਾ ਦੀ? ਥਣਾ ਦੀ ਬਿਲਕੁਲ ਗਰੰਟੀ, ਕੋਈ ਬੰਦਾ ਬਿਆਨਾ ਕਰ ਲਵੇ ਤੇ ਮੱਝ ਰੋਕ ਲਈ ਕੋਈ ਇਤਰਾਜ਼? ਕੋਈ ਇਤਰਾਜ਼ ਨਹੀਂ ਹੈਗਾ। ਸੂਏ ਕੇ ਤੇ ਸਵਾ ਕੇ ਦੇ ਰਿਹਾ। ਥਣਾ ਦੀ ਗਰੰਟੀ ਹੋਵੇਗੀ, ਥਣਾ ਦਾ ਵਾਧਾ ਘਾਟਾ ਨਾ ਹੋਇਆ ਤੇ ਮੱਝ ਉਹਨਾਂ ਦੀ, ਦੁੱਧ ਪੁੱਤਰ ਨਸੀਬ ਦਾ। ਤੇ ਜੇ ਥਣਾ 'ਚ ਵਾਧਾ ਘਾਟਾ ਤੇ ਬਿਆਨਾ ਵਾਪਸ। ਅੱਛਾ, ਕੀ ਮੁਹੱਬਤ ਪਿਆਰ ਵਾਲਾ ਮੁੱਲ ਇਸ ਮੈਂ ਵੇਖ ਲਓ ਜਿੰਨੇ ਨਹੀਂ ਹੈਗੀ ਚੰਗੇ ਲੱਗੇ। ਨਹੀਂ ਪਿਆਰ ਨਾਲ ਕੋਈ ਦੱਸੋ ਨਾ, ਕੋਈ ਨਾਮ ਰੱਖੋ। 5-5-4 ਦੰਦ ਹੈ, ਇਹ ਕਿੰਨੇ ਦਿਨ ਕੱਢ ਜਾਏ? 3-4 ਦਿਨ 5 ਦਿਨ ਕੱਢ ਜਾਏ ਬਾਕੀ ਅੱਲਾ ਕੋ ਗੱਲਾਂ ਥਣਾ ਦੀ ਗਰੰਟੀ। ਕੀ ਮੁਹੱਬਤ ਪਿਆਰ ਵਾਲਾ ਮੁੱਲ, ਦੁੱਧ ਪੁੱਤਰ ਇਹਦਾ ਵੀ ਨਸੀਬ ਦਾ, ਲੇਕਿਨ ਨਸਲ ਦਾ ਤੂੰ ਦਾਦਾ ਕਹਿ ਲੈਂਗੇ 16-17-18 ਲੀਟਰ ਤਾਂ ਕਰੇਗੀ ਨਾ? ਆਰਾਮ ਨਾਲ। ਕੀ ਪੈਸੇ ਨੇ ਪਿਆਰ ਵਾਲੇ? ਪਿਆਰ ਵਾਲੇ 4,80,000। ਇੱਕੋ ਘਰ ਦੇ ਜੇ ਮੋਰੇ ਵਾਲਾ ਹੀ ਚੱਕ, ਇੱਕੋ ਘਰ 4,70,000। ਕੋਈ ਹੋਰ ਮੁਲਾਜ਼ਮ? ਚਲੋ 5-6,000। 4-75 ਹੋ ਗਏ ਕਿ 4-65? 4-65। 4,65,000 ਰੁਪਏ 4-80 ਕਰਦੇ ਸਨ, 15,000 ਰੁਪਏ ਕਨਸੈਸ਼ਨ ਹੈ ਜੀ ਇਸ ਬੱਚੀ ਵਿੱਚੋਂ। ਮਜ਼ੀਦ ਵੀ ਕਿਰਾਏ ਦੀ ਚਾਹ ਪਾਣੀ ਦੀ ਬਿਸਤਰਾਂ ਦੀ ਕੋਸ਼ਿਸ਼ ਕਰਾਂਗੇ ਇਸ ਬੱਚੀ 'ਚੋਂ ਕਿ ਆਪਣਾ ਜਨਾਬ ਬੱਚੀ 'ਚ ਮੈਰ ਬਣ ਜਾਏ
ਔਰ ਜਨਾਬ ਮੱਝ ਦਾ ਵੀ ਹਿਸਾਬ ਕਿਤਾਬ ਅੱਛਾ ਹੋ ਜਾਏ। ਜਾਨਵਰ ਦੋਨੋਂ ਮਕੂਲ ਨੇ, ਦੋਨੋਂ ਅੱਛੇ ਨੇ, ਨਸਲ ਵਾਲੇ ਨੇ, ਜ਼ਾਤ ਵਾਲੇ ਨੇ, ਖਾਨਦਾਨ ਵਾਲੇ ਨੇ। ਬਾਕੀ ਵੀਡੀਓ ਅੱਛੀ ਲੱਗੀ, ਵੀਡੀਓ ਨੂੰ ਕਰਨਾ ਲਾਈਕ, ਸ਼ੇਅਰ ਅਤੇ ਕਮੈਂਟ, ਔਰ ਆਪਣੀ ਰਾਏ ਨਾਲ ਸਾਨੂੰ ਕਰਨਾ ਜ਼ਰੂਰ ਹੈਗਾ। ਪਾਕਿਸਤਾਨ ਜ਼ਿੰਦਾਬਾਦ, ਪਾਕ ਆਰਮੀ ਹਮੇਸ਼ਾ ਜ਼ਿੰਦਾਬਾਦ।